ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਵਿੱਚੋਂ ਨੋਟਾਂ ਵਾਲੇ ਹਾਰ ਗਾਇਬ ਕਰਨ ਵਾਲੇ ਸ਼ਖਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਕਿਹਾ ਜਾ ਰਿਹਾ ਕਿ ਇਹ ਸ਼ਖਸ ਆਪਣੀ ਮਾਂ ਦੇ ਨਾਲ ਮਿਲ ਕੇ ਪਹਿਲਾਂ ਤਾਂ ਦੁਕਾਨ ਦਾ ਸ਼ਟਰ ਤੋੜਦੇ ਸੀ, ਫਿਰ ਉਸ ਤੋਂ ਬਾਅਦ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ। ਤਾਂ ਦੱਸ ਦਈਏ ਕਿ ਚੋਰੀ ਦੀ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਰਾਤ ਦੇ ਹਨੇਰੇ 'ਚ ਦੁਕਾਨ ਦੇ ਅੰਦਰ ਦਾਖਲ ਹੁੰਦਾ ਅਤੇ ਜੋ ਹਾਰ ਪਏ ਹੁੰਦੇ ਨੇ ਨੋਟਾਂ ਵਾਲੇ ਉਹਨਾਂ ਨੂੰ ਚੁੱਕ ਕੇ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦਾ। ਇਸ ਦੇ ਨਾਲ ਹੀ ਦੁਕਾਨ ਦੇ ਵਿੱਚ ਜੋ ਕੀਮਤੀ ਸਮਾਨ ਪਿਆ ਸੀ, ਮਹਿੰਗੇ ਮੁੱਲ ਦਾ ਸਮਾਨ ਪਿਆ ਸੀ, ਉਸ ਦੇ ਉੱਤੇ ਵੀ ਹੱਥ ਸਾਫ਼ ਕਰ ਦਿੰਦਾ। ਤਾਂ ਕਿਹਾ ਜਾ ਰਿਹਾ ਸੀ ਕਿ ਦੁਕਾਨ ਦੇ ਅੰਦਰੋਂ 6 ਲੱਖ ਰੁਪਏ ਦਾ ਸਮਾਨ ਗਾਇਬ ਹੋਇਆ ਸੀ ਅਤੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ। ਪੁਲਿਸ ਦੇ ਵੱਲੋਂ ਜਦੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ 2 ਔਰਤਾਂ ਅਤੇ 1 ਵਿਅਕਤੀ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਕਿਹਾ ਜਾ ਰਿਹਾ ਕਿ ਮਾਂ ਬੇਟਾ ਦੋਵੇਂ ਮਿਲ ਕੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਤਾਂ ਮਾਮਲਾ ਮਨੀ ਮਾਜਰਾ ਤੋਂ ਸਾਹਮਣੇ ਆਇਆ, ਜਿੱਥੇ ਕਿ ਬੀਤੇ ਦਿਨਾਂ ਇੱਕ ਦੁਕਾਨ ਦੇ ਵਿੱਚ ਨੋਟਾਂ ਦੇ ਹਾਰ ਚੋਰੀ ਹੋਏ ਸੀ। ਇਸ ਤੋਂ ਬਾਅਦ ਦੁਕਾਨਦਾਰ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ। ਪੁਲਿਸ ਦੇ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਮਾਂ ਬੇਟੇ ਸਮੇਤ 1 ਔਰਤ ਨੂੰ ਗ੍ਰਿਫਤਾਰ ਕੀਤਾ ਗਿਆ। ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਵਿੱਚੋਂ ਨੋਟਾਂ ਵਾਲੇ ਹਾਰ ਗਾਇਬ ਕਰਨ ਵਾਲੇ ਸ਼ਖਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਕਿਹਾ ਜਾ ਰਿਹਾ ਕਿ ਇਹ ਸ਼ਖਸ ਆਪਣੀ ਮਾਂ ਦੇ ਨਾਲ ਮਿਲ ਕੇ ਪਹਿਲਾਂ ਤਾਂ ਦੁਕਾਨ ਦਾ ਸ਼ਟਰ ਤੋੜਦੇ ਸੀ, ਫਿਰ ਉਸ ਤੋਂ ਬਾਅਦ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ। ਤਾਂ ਦੱਸ ਦਈਏ ਕਿ ਚੋਰੀ ਦੀ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਰਾਤ ਦੇ ਹਨੇਰੇ 'ਚ ਦੁਕਾਨ ਦੇ ਅੰਦਰ ਦਾਖਲ ਹੁੰਦਾ ਅਤੇ ਜੋ ਹਾਰ ਪਏ ਹੁੰਦੇ ਨੇ ਨੋਟਾਂ ਵਾਲੇ ਉਹਨਾਂ ਨੂੰ ਚੁੱਕ ਕੇ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦਾ। ਇਸ ਦੇ ਨਾਲ ਹੀ ਦੁਕਾਨ ਦੇ ਵਿੱਚ ਜੋ ਕੀਮਤੀ ਸਮਾਨ ਪਿਆ ਸੀ, ਮਹਿੰਗੇ ਮੁੱਲ ਦਾ ਸਮਾਨ ਪਿਆ ਸੀ, ਉਸ ਦੇ ਉੱਤੇ ਵੀ ਹੱਥ ਸਾਫ਼ ਕਰ ਦਿੰਦਾ। ਤਾਂ ਕਿਹਾ ਜਾ ਰਿਹਾ ਸੀ ਕਿ ਦੁਕਾਨ ਦੇ ਅੰਦਰੋਂ 6 ਲੱਖ ਰੁਪਏ ਦਾ ਸਮਾਨ ਗਾਇਬ ਹੋਇਆ ਸੀ ਅਤੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ। ਪੁਲਿਸ ਦੇ ਵੱਲੋਂ ਜਦੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ 2 ਔਰਤਾਂ ਅਤੇ 1 ਵਿਅਕਤੀ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਕਿਹਾ ਜਾ ਰਿਹਾ ਕਿ ਮਾਂ ਬੇਟਾ ਦੋਵੇਂ ਮਿਲ ਕੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਤਾਂ ਮਾਮਲਾ ਮਨੀ ਮਾਜਰਾ ਤੋਂ ਸਾਹਮਣੇ ਆਇਆ, ਜਿੱਥੇ ਕਿ ਬੀਤੇ ਦਿਨਾਂ ਇੱਕ ਦੁਕਾਨ ਦੇ ਵਿੱਚ ਨੋਟਾਂ ਦੇ ਹਾਰ ਚੋਰੀ ਹੋਏ ਸੀ। ਇਸ ਤੋਂ ਬਾਅਦ ਦੁਕਾਨਦਾਰ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ। ਪੁਲਿਸ ਦੇ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਮਾਂ ਬੇਟੇ ਸਮੇਤ 1 ਔਰਤ ਨੂੰ ਗ੍ਰਿਫਤਾਰ ਕੀਤਾ ਗਿਆ।